ਜੀ ਇੱਧਰ ਆਪਣੇ ਮੇਰੇ ਖਿਆਲ ਨਾਲ ਜੀਜਾ ਜੀ ਆ ਗਏ ਨੇ ਹੈ ਜਿਵੇਂ ਕੌਣ 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 ਮੈਂ ਕਿਹਾ ਜੀਜਾ ਜੀ ਆ ਗਏ ਨੇ ਮੰਜੇ ਬਿਸਤਰੇ ਵਾਲੇ ਵਾਕੇ ਜੀ ਵਾਕੇ ਸਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਫਸਟ ਕਲਾਸ ਇੱਥੇ ਆ ਕੇ ਨਹੀਂ ਵਧੀਆ ਹੋਵਾਂਗੇ ਹੋਰ ਕਿੱਥੇ ਹੋਵਾਂਗੇ ਹਾਂ ਤੇ ਅੱਜ ਤੁਹਾਡੀ ਵੀ ਨੋਮੀਨੇਸ਼ਨਸ ਹੈਗੀਆਂ ਨੇ ਕਿਹੜੀ ਨੋਮੀਨੇਸ਼ਨ ਆਲਵੇਜ਼ ਉਹੀ ਹੁੰਦੀ ਹੈ ਹਾਂਜੀ ਸੋ ਟੱਕਰ ਤੁਹਾਨੂੰ ਲੱਗਦਾ ਕਿ ਕਿਹਨਾਂ ਕਿਹਨਾਂ ਵੱਲੋਂ ਜ਼ਿਆਦਾ ਟੱਕਰ ਮਿਲੂਗੀ ਮਤਲਬ ਕਹਿ ਦਿਓ ਇਹ ਨਾ ਕਿਹੋ ਕਿ ਵੀ ਕੋਈ ਚੱਕਰ ਨਹੀਂ ਹੈਗਾ ਸਾਰੇ ਆਪਣੇ ਨੇ ਪਰ ਦੱਸੋ ਕਿ ਟੱਕਰ ਤੁਹਾਨੂੰ ਲੱਗਦਾ ਕਿਹਨਾਂ ਵੱਲੋਂ ਜ਼ਿਆਦਾ ਮਿਲੂ ਕਿਹਨਾਂ ਪੁੱਛਣ ਦਾ ਮਤਲਬ ਇਹ ਵੀ ਹੈ ਕਿਹਨਾਂ ਦਾ ਰੋਲ ਤੁਹਾਨੂੰ ਸਭ ਤੋਂ ਦਮਦਾਰ ਲੱਗਿਆ ਸੀ ਫਿਲਮ ਯੋਗ ਭਾਜੀ ਪਵਨ ਮਲਹੋਤਰਾ ਠੀਕ ਹੈ ਅਤੇ ਤੁਹਾਡੀ 2016 ਦੀ ਸਭ ਤੋਂ ਬੈਸਟ ਫਿਲਮ ਕਿਹੜੀ ਰਹੀ ਸੀ 2016 ਦੀ ਮੇਰੀ ਸਭ ਤੋਂ ਬੈਸਟ ਫਿਲਮ ਦੁੱਲਾ ਭੱਟੀ ਦੁੱਲਾ ਭੱਟੀ ਯੈਸ ਓਕੇ ਜੀ ਉਹਦੇ ਵਾਸਤੇ ਨੋਮੀਨੇਸ਼ਨ ਹੋਈ ਹੈ ਅੱਛਾ ਇਸੇ ਕਰਕੇ ਤੁਹਾਡੀ ਬੈਸਟ ਫਿਲਮ ਹੈ ਠੀਕ ਹੈ ਜੀ ਡੈਫੀਨੇਟਲੀ ਨਾਲੇ ਦੂਜੀ ਗੱਲ ਇਹ ਤੁਹਾਡੇ ਜਿਹੜੀ ਮਮਿਕਰੀ ਹੈ ਜੀ ਤੁਹਾਡੇ ਮਮਿਕਰੀ ਦਾ ਕਰਦੇ ਨੇ ਲੋਕੀ ਆਪਾਂ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਹੁਣ ਤੁਸੀਂ ਅੱਜ ਮੇਲ ਮਿੱਤਰ ਸਾਹਿਬ ਦੀ ਮਮਿਕਰੀ ਕਰ ਰਹੀ ਹੈ ਮੇਰੇ ਖਿਆਲ ਲੋਕ ਸੁਣਨਾ ਚਾਹੁੰਦੇ ਹੋਣਗੇ ਜੇ ਕਿਤੇ ਕਰਨੀ ਹੋਵੇ ਵੀ ਅੱਜ ਅਵਾਰਡ ਤੁਸੀਂ ਚੱਕ ਕੇ ਲੈ ਕੇ ਜਾਣਾ ਤੇ ਮੇਲ ਮਿੱਤਰ ਸਾਹਿਬ ਦੇ ਅੰਦਾਜ਼ ਵਿੱਚ ਹੋਏ ਹੋਏ ਓਏ ਹੋਏ ਉਹ ਜਿਹੜੀ ਸੋਹਰੇ ਦੀ ਕੁੜੀ ਹੈ ਨਾ ਗੋਲਡਨ ਉਹਦੇ ਲੱਕ ਨੂੰ ਹੱਥ ਪਾਉਣ ਜੀ ਕਰਦਾ ਲੜਾ ਅੰਦਰਲੀ ਫੀਲਿੰਗ ਕੱਢੀਆਂ ਨੇ ਪਰ ਜੇ ਤੁਹਾਨੂੰ ਹੁਣ ਸਪੋਜ਼ ਕਰੋ ਅਵਾਰਡ ਮਿਲ ਜਾਂਦਾ ਨਾਮ ਅਨਾਊਂਸ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਕੀ ਰਿਐਕਸ਼ਨ ਹੋਊਗਾ ਮੇਰਾ ਰਿਐਕਸ਼ਨ ਹੇ ਸੋਹੀ ਵਿੰਡ ਅਗੇਨ ਇਹ ਹੋਏਗਾ ਚਲੋ ਠੀਕ ਹੈ ਜੀ ਅਸੀਂ ਇਹੀ ਦੁਆ ਕਰਦੇ ਕਿ ਤੁਸੀਂ ਇੱਥੇ ਅਵਾਰਡ ਜਿੱਤੋ ਥੈਂਕ ਯੂ ਸੋ ਮਚ ਤੁਸੀਂ ਆਏ ਅਵਾਰਡ ਦੇ ਵਿੱਚ 4 ਚੰਨ ਲੱਗ ਗਏ ਜੀ ਇੰਜੋਏ ਕਰੋ ਸ਼ੋਅ ਨੂੰ ਥੈਂਕ ਯੂ ਸੋ ਮਚ ਆਓ ਜੀ ਸਤਿ ਸ਼੍ਰੀ ਅਕਾਲ